ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਸਾਡੀ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੈਂਟਿਡ ਆਰਟਿਸਟ ਰੇਸ਼ਮ ਸਿੰਘ ਅਨਮੋਲ ਬਾਰੇ। ਤੁਹਾਨੂੰ ਦੱਸ ਦੇ ਕਿ ਰੀਸੈਂਟਲੀ ਉਹਨਾਂ ਨੇ ਸਾਨੂੰ ਐਂਟਰਟੇਨ ਕੀਤਾ ਆਪਣੇ ਗਾਣੇ ਚਲਾਉਣ ਦੇ ਨਾਲ, ਅਤੇ ਉਸ ਤੋਂ ਪਹਿਲਾਂ ਵੀ ਅਸੀਂ ਉਹਨਾਂ ਦਾ ਗਾਣਾ ਸੁਣ ਚੁੱਕੇ ਹਾਂ ਗੋਲਡਨ ਡਾਂਗ, ਜਿਸ ਵਿੱਚ ਸਾਨੂੰ ਉਹਨਾਂ ਦੇ ਨਾਲ ਕੋਲੈਬੋਰੇਟ ਕਰਦੇ ਹੋਏ ਨਜ਼ਰ ਆਏ ਸੀ ਬੋਹੇਮੀਆ। ਅਤੇ ਹੁਣ ਫਿਰ ਤੋਂ ਰੇਸ਼ਮ ਸਿੰਘ ਅਨਮੋਲ ਆਪਣੇ ਫੈਨਸ ਨੂੰ ਖੁਸ਼ ਕਰਨ ਲਈ ਆਪਣੇ ਅਗਲੇ ਗਾਣੇ ਦੇ ਨਾਲ ਤਿਆਰ ਨੇ, ਜਿਸ ਗਾਣੇ ਦਾ ਟਾਈਟਲ ਹੋਵੇਗਾ ਮੁਟਿਆਰ। ਇਸ ਗੱਲ ਦੀ ਇਨਫੋਰਮੇਸ਼ਨ ਸਾਰੇ ਨਾਲ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਦੇ ਰਾਹੀਂ ਕੀਤੀ ਹੈ। ਆਓ ਤੁਸੀਂ ਵੀ ਚੈੱਕ ਕਰੋ ਉਹਨਾਂ ਦੀ ਇਹ ਪੋਸਟ। ਇਸ ਪੋਸਟ ਦੀ ਕੈਪਸ਼ਨ ਵਿੱਚ ਰੇਸ਼ਮ ਸਿੰਘ ਅਨਮੋਲ ਨੇ ਲਿਖਿਆ ਹੈ, ਨੈਕਸਟ ਸੌਂਗ ਮੁਟਿਆਰ ਵੈਰੀ ਸੂਨ। ਇਸ ਗਾਣੇ ਨਾਲ ਜੁੜੀ ਹੋਰ ਇਨਫੋਰਮੇਸ਼ਨ 'ਤੇ ਹਜੇ ਰੇਸ਼ਮ ਸਿੰਘ ਅਨਮੋਲ ਵੱਲੋਂ ਸਾਡੇ ਨਾਲ ਸ਼ੇਅਰ ਨਹੀਂ ਕੀਤੀ ਗਈ, ਪਰ ਸਾਨੂੰ ਉਮੀਦ ਹੈ ਕਿ ਜਲਦ ਹੀ ਸਾਨੂੰ ਰੇਸ਼ਮ ਸਿੰਘ ਅਨਮੋਲ ਦਾ ਇਹ ਗਾਣਾ ਸੁਣਨ ਨੂੰ ਮਿਲ ਸਕਦਾ ਹੈ। ਅਤੇ ਜਦ ਕਦੀ ਵੀ ਰੇਸ਼ਮ ਸਿੰਘ ਅਨਮੋਲ ਦੇ ਇਸ ਗਾਣੇ ਬਾਰੇ ਹੋਰ ਕੋਈ ਅਪਡੇਟ ਸਾਨੂੰ ਮਿਲੇਗੀ, ਤਾਂ ਅਸੀਂ ਉਹ ਅਪਡੇਟ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਇਸ ਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਰੇਸ਼ਮ ਸਿੰਘ ਅਨਮੋਲ ਦੀ, ਤਾਂ ਉਹਨਾਂ ਦੇ ਗਾਣੇ ਹਮੇਸ਼ਾ ਹੀ ਡਿਫਰੈਂਟ ਕੌਨਸੈਪਟ ਅਤੇ ਡਿਫਰੈਂਟ ਟਾਈਟਲ ਵਾਲੇ ਹੁੰਦੇ ਨੇ, ਜਿਵੇਂ ਕਿ ਚਲਾਣ, ਡਿਫਰੈਂਟ ਜੱਟ ਮੋਡੀਫਾਈਡ ਅਤੇ ਕਈ ਹੋਰ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਰੇਸ਼ਮ ਸਿੰਘ ਅਨਮੋਲ ਇੱਕ ਵੈਲ ਨੋਨ ਸਿੰਗਰ ਹੀ ਨਹੀਂ ਨੇ, ਬਲਕਿ ਉਹ ਵੈਰੀ ਡਾਊਨ ਟੂ ਅਰਥ ਪਰਸਨ ਵੀ ਨੇ। ਇਸ ਗੱਲ ਦੀ ਕਨਫਰਮੇਸ਼ਨ ਹੁੰਦੀ ਹੈ ਉਹਨਾਂ ਦੀ ਰੀਸੈਂਟਲੀ ਅਪਲੋਡ ਕੀਤੀ ਗਈ ਇੱਕ ਵੀਡੀਓ ਰਾਹੀਂ, ਜਿਸ ਵਿੱਚ ਉਹ ਆਪਣੇ ਫੈਨਸ ਨੂੰ ਆਪਣੇ ਘਰ ਬਿਠਾ ਕੇ ਖਵਾ ਪਿਆ ਰਹੇ ਨੇ। ਆਓ ਤੁਸੀਂ ਵੀ ਚੈੱਕ ਕਰੋ ਉਹਨਾਂ ਦੀ ਇਹ ਵੀਡੀਓ। ਲਓ ਜੀ, ਮੁੰਡੇ ਆਏ ਸੀ ਦੀਵਾਲੀ ਦੀਆਂ ਮੁਬਾਰਕਾਂ ਦੇਣ, ਆਪਣੇ ਹੱਥੀਂ ਖੋਆ ਕੱਢਿਆ ਮੇਰੀ ਬੇਬੇ ਨੇ ਅਤੇ ਮੈਂ, ਅਤੇ ਲੱਡੂ ਇਹ ਮੇਰੇ ਵੱਟੇ ਹੋਏ ਆ ਖੋਏ ਦੇ। ਕਿੱਦਾਂ ਲੱਗ ਰਹੇ ਨੇ? ਸਹੀ ਲੱਗਦੇ ਆ। ਇਸ ਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਰੇਸ਼ਮ ਸਿੰਘ ਅਨਮੋਲ ਦੇ ਬਾਕੀ ਗਾਣਿਆਂ ਦੀ, ਤੇ ਅਸੀਂ ਹੁਣ ਤੱਕ ਉਹਨਾਂ ਦੇ ਕਈ ਗਾਣਿਆਂ ਨੂੰ ਇੰਜੋਏ ਕਰ ਚੁੱਕੇ ਹਾਂ, ਜਿਵੇਂ ਕਿ ਤੇਰੇ ਪਿੰਡ, ਕੰਗਣਾ, ਚੇਤਾ ਤੇਰਾ ਅਤੇ ਕਈ ਹੋਰ। ਹੁਣ ਮੈਨੂੰ ਤਾਂ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਰੇਸ਼ਮ ਸਿੰਘ ਅਨਮੋਲ ਦੇ ਫੈਨਸ ਉਹਨਾਂ ਦੇ ਬਾਕੀ ਗਾਣਿਆਂ ਨੂੰ ਪਿਆਰ ਦਿੰਦੇ ਨੇ, ਉਹਨਾਂ ਦੇ ਆਉਣ ਵਾਲੇ ਇਸ ਗਾਣੇ ਨੂੰ ਵੀ ਉਹਨਾਂ ਦੇ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾਵੇਗਾ। ਬਾਕੀ ਮੈਂ ਤਾਂ ਬਹੁਤ ਐਕਸਾਈਟਿਡ ਹਾਂ ਉਹਨਾਂ ਦੇ ਇਸ ਗਾਣੇ ਮੁਟਿਆਰ ਲਈ। ਤੁਸੀਂ ਕਿੰਨੇ ਕੁ ਐਕਸਾਈਟਿਡ ਹੋ? ਅਤੇ ਤੁਹਾਨੂੰ ਇਹ ਨਿਊਜ਼ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡੇ ਯੂਟਿਊਬ ਚੈਨਲ gabru.com। ਨੀਚੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਲਈ ਕਲਿੱਕ ਕਰਨਾ ਨਾ ਭੁੱਲੋ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ, ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਬਰੂ ਲਾਈਵ ਟੀਵੀ ਦੇਖਣ ਵਾਸਤੇ, ਇਹ ਹੈ ਗੱਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।